ਕਿ ਸੁਲੇਮਾਨ ਸਾਹਿਬ ਦੀ ਭਾਸ਼ਾ ਉੱਤੇ ਬਹੁਤ ਜ਼ਿਆਦਾਤਰ ਗੱਲਾਂ ਉੱਠੀਆਂ ਨੇ, ਕਿਹੜੀ ਜਿਹੜੀ ਭਾਸ਼ਾ ਉਹ ਮਰਿਆਦਾ ਤੋਂ ਬਹੁਤ ਨੀਚੇ ਚਲੀ ਜਾਂਦੀ ਹੈ ਵਿਧਾਨ ਸਭਾ ਦੇ ਵਿੱਚ ਖਾਸ ਕਰ। ਉਹਨਾਂ ਨੂੰ ਤੂੰ ਕਹਿ ਕੇ ਤਾਂ ਕੋਈ ਮਤਲਬ ਬਣਦਾ ਨਹੀਂ। ਜਿਹੜਾ ਰੈਲੀ ਹੋਈ ਉਸ 'ਚ ਇੱਕ ਬਿਆਨ ਆਇਆ ਜਿਹਦੇ ਵਿੱਚ ਕਹਿੰਦਾ ਕਿ ਮੈਂ ਸੀਐਮ ਸਾਹਿਬ ਦੇ ਵਿੱਚ ਸਾਫ਼ ਤੌਰ 'ਤੇ ਸਾਫ਼ ਕਰਾਇਆ, ਸੋਫੇ ਬਦਲਾਏ ਨੇ, ਉੱਥੇ ਪਤਾ ਨਹੀਂ ਕਿਹੜੇ ਕਿਹੜੇ ਪਾਪ ਹੁੰਦੇ ਨੇ, ਇਹਦੇ ਤੋਂ ਕੀ ਭਾਵ? ਜਿਹੜੀ ਜਾਂਦੇ ਆ ਨਵੇਂ ਆਫਿਸ ਦੇ ਵਿੱਚ, ਜਦੋਂ ਮੈਂ ਅਰੂਸਾ ਦਾ ਨਾਮ ਵਿੱਚ ਆਇਆ, ਅਰੂਸਾ ਦਾ ਨਾਮ ਵਿੱਚ ਕਹਿੰਦੇ ਮੈਂ ਇਸ ਮੈਂ ਭਾਸ਼ਾ ਦੇ ਉੱਤੇ ਗੱਲ ਕੀਤੀ। ਪਤਾ ਕੀ ਹੈ ਭਾਈ ਸਾਹਿਬ, ਜਦੋਂ ਅਰੂਸਾ ਆ ਗਈ ਤਾਂ ਫਿਰ ਉਹ ਸਾਰੀ ਗੱਲ ਸ਼ਬਦਾਂ ਦੀ ਮਰਿਆਦਾ। ਜਦੋਂ ਕਿ ਸੀ ਭਗਵੰਤ ਮਾਨ ਸਾਹਿਬ ਸੀਐਮ ਨਹੀਂ ਸੀਗੇ ਤਾਂ ਉਸ ਵੇਲੇ ਦੇ ਵਿੱਚ ਕਹਿੰਦੇ ਸੀ ਕਿ MSP ਜੇ ਮੁੱਖ ਮੰਤਰੀ ਨਹੀਂ ਦੇ ਸਕਦਾ ਤਾਂ ਉਹ ਅਸਤੀਫਾ ਦੇਵੇ, ਤਾਂ ਫਿਰ ਹੁਣ MSP ਦੇਣ ਤੋਂ ਸਰਕਰੀ ਨਾ ਕਰ ਦਿੱਤੀ ਗਈ ਕਿ ਕੇਂਦਰ ਦਾ ਮਾਮਲਾ। ਜਿਨ੍ਹਾਂ ਨੇ 70 ਸਾਲ ਰਾਜ ਕੀਤਾ ਉਹਨਾਂ ਨੇ ਕੁਝ ਕੀਤਾ ਹੀ ਕਰ। ਅਤੇ ਗੱਲਬਾਤ ਕਰਾਂਗੇ ਅਤੇ ਸਿਆਸੀ ਸਫ਼ਰ ਦੇ ਬਾਰੇ ਨਾਲ ਨਾਲ ਜਾਣਦੇ ਹੋਏ ਇਸ ਇਲੈਕਸ਼ਨ ਦੇ ਵਿੱਚ ਕੰਪੇਨਿੰਗ ਦੇ ਵਿੱਚ ਕੀ ਯੋਗਦਾਨ ਰਿਹਾ ਅਤੇ ਨਾਲ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਰਹੂਗੀ, ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਇਸ ਵੇਲੇ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਹਾਲਾਤ ਕਿਵੇਂ ਦੇ ਚੱਲ ਰਹੇ? ਬਹੁਤ ਅੱਛੇ ਹਾਲਾਤ ਨੇ ਜੀ। ਜਿਹੜੇ 2 ਸਾਲ ਦੀ ਕਾਰਜਕਾਰੀ ਆ, ਚਾਹੇ ਉਹ 600 ਯੂਨਿਟ ਬਿਜਲੀ ਆ ਜੀ, ਚਾਹੇ ਕਿਸਾਨਾਂ ਦੇ ਖੇਤਾਂ ਤੱਕ ਟੇਲਾਂ ਤੱਕ ਪਾਣੀ ਪਹੁੰਚਣ ਦੀ ਗੱਲ ਆ ਜੀ, ਚਾਹੇ ਹੁਣ ਗਰੀਬ ਪਰਿਵਾਰਾਂ ਨੂੰ ਜਿਹੜੀ ਆ ਕਣਕ ਜਿਹੜੀ ਆ ਜਾਂ ਤੱਕ ਘਰੇ ਦੇਣ ਦੀ ਗੱਲ ਆ, ਚਾਹੇ 45,000 ਤੋਂ ਵੱਧ ਨੌਕਰੀਆਂ ਸਰਕਾਰੀ ਦੇਣ ਦੀ ਗੱਲ ਹੈ, ਚਾਹੇ ਆਮ ਆਦਮੀ ਕਲੀਨਿੰਗ ਦੀ ਗੱਲ ਹੈ, ਚਾਹੇ ਐਮਿਨਾ ਸਕੂਲਾਂ ਦੀ ਗੱਲ ਹੈ, ਜਾਂ ਜਿਹੜੀ ਸੁਰੱਖਿਆ ਫੋਰਸ ਲਾਈ ਹੈ ਸੜਕਾਂ 'ਤੇ ਪੰਜਾਬ ਦੇ ਹਾਈਵੇ ਦੇ ਉੱਪਰ, ਉਹਦੀ ਬਹੁਤ ਤਾਰੀਫ ਹੋ ਰਹੀ ਹੈ ਜੀ, ਬਹੁਤ ਸਾਰੀਆਂ ਜਾਨਾਂ ਬਚਦੀਆਂ ਨੇ ਜੀ, ਅਤੇ ਇਹ ਸਾਰੇ ਕੰਮ ਜਿਹੜੇ ਲਗਾਤਾਰ ਹੋ ਰਹੇ ਆ, ਔਰ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਵਿੱਚ 3 ਬਜਟ ਪੇਸ਼ ਹੋ ਚੁੱਕੇ ਆ ਜੀ, ਅਤੇ 1 ਵੀ ਟੈਕਸ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਨਹੀਂ ਲਾਇਆ ਗਿਆ। ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਪੰਜਾਬ ਸਰਕਾਰ ਦੀ ਜੀ। ਇਸ ਵੇਲੇ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਪਿੰਡਾਂ ਦੇ ਡਾਕਟਰ ਬਲਵੀਰ ਸਿੰਘ ਦਾ ਖਾਸ ਕਰਕੇ ਵਿਰੋਧ ਵੀ ਚੱਲ ਰਿਹਾ। ਵਿਰੋਧ ਤਾਂ ਕੋਈ ਨਹੀਂ ਜੀ, ਨਾਭੇ ਆਏ ਸੀ ਜੀ, ਕੋਈ ਵਿਰੋਧ ਨਹੀਂ ਜੀ, ਬਹੁਤ ਬੜਾ ਸਤਿਕਾਰ ਦਿੱਤਾ, ਪਿੰਡਾਂ ਦੇ ਪਿੰਡ ਜੁਆਇਨ ਹੋ ਰਹੇ ਆ ਜੀ। ਹੋ ਸਕਦਾ, ਦੇਖੋ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ ਨਾ ਜੀ, ਹੋ ਸਕਦਾ ਜਦੋਂ ਇਨਸਾਨ ਕੰਮ ਕਰਦਾ ਬਹੁਤ ਸਾਰੀਆਂ ਗਲਤੀਆਂ ਗੁਸਾਖੀਆਂ ਵੀ ਹੋ ਜਾਂਦੀਆਂ ਨੇ, ਹੋ ਸਕਦਾ ਕੋਈ ਨਾਰਾਜ਼ ਵੀ ਹੋਵੇ ਜੀ, ਉਹਦੀ ਨਾਰਾਜ਼ਗੀ ਵੀ ਜ਼ਾਹਰ ਹੈ, ਪਰ ਉਹਦੀ ਗੱਲ ਸੁਣਦੇ ਨੇ ਡਾਕਟਰ ਸਾਹਿਬ ਜੀ, ਗੱਲ ਸੁਣ ਕੇ ਉਦੋਂ ਰਾਈਟ ਬਾਈ ਫੋਨ ਕਰਦੇ ਨੇ ਜਾਂ ਉਹਨੂੰ ਮੋਨੀਟਰ ਕਰਦੇ ਨੇ, ਅਤੇ ਇੱਡੀ ਕੋਈ ਵਿਰੋਧ ਵਾਲੀ ਤੱਕ ਗੱਲ ਨਹੀਂ। ਲੋਕਾਂ ਦਾ ਕਹਿਣਾ ਇਹ ਹੈ ਵੀ ਜਿਹੜਾ 2 ਸਾਲ ਤੋਂ ਵਿਧਾਇਕ ਉਹਨਾਂ ਨੂੰ ਬਣੇ ਹੋ ਚੁੱਕੇ ਅਤੇ ਕਾਫੀ ਹੁਣ ਜਿਹੜੇ ਕੈਬਨਿਟ ਮੰਤਰੀ ਵੀ ਬਣ ਚੁੱਕੇ ਨੇ ਉਸ ਤੋਂ ਬਾਅਦ, ਪਰ ਫਿਰ ਵੀ ਲੋਕਾਂ ਦੇ ਵਿੱਚ ਵਿਚਰਨਾ ਨਹੀਂ ਹੈਗਾ ਤਾਂ ਲੋਕਾਂ ਦੇ ਕੰਮ ਕਰ ਰਹੇ ਰੁਕੇ? ਦੇਖੋ ਉਹ ਪਟਿਆਲਾ ਦਿਹਾਤੀ ਤੋਂ MLA ਨੇ ਜੀ, ਬਤੌਰੇ MLA ਜਦੋਂ ਸੀਗੇ ਉਦੋਂ ਬਹੁਤ ਵਿਚਰਦੇ ਸੀ, ਹੁਣ ਐਜ ਏ ਮਿਨਿਸਟਰ ਜਦੋਂ ਦੇ ਬਣੇ ਨੇ ਸਿਹਤ ਮੰਤਰੀ ਤਾਂ ਹਫ਼ਤੇ 'ਚ 1-2 ਦਿਨ ਉੱਥੇ ਜ਼ਰੂਰ ਪਰ ਆਪਣੇ ਹਲਕੇ 'ਚ ਲਾਉਂਦੇ ਆ, ਅਤੇ ਬਾਕੀ ਅਸੀਂ ਸਾਰੇ ਜਿਹੜੇ MLA ਆ ਜੀ, ਮੈਂ ਨਾਭੇ ਤੋਂ, ਸਨੌਰ ਤੋਂ, ਘਨੌਰ ਤੋਂ, ਸਮਾਣੇ ਤੋਂ, ਛਤਰਾਣੇ ਤੋਂ, ਰਾਜਪੁਰ ਤੋਂ, ਡੇਰਾਬਿਜ ਤੋਂ, ਜਿੰਨੇ MLA ਸਾਰੇ ਆਪਦੇ ਆਪਦੇ ਹਲਕਿਆਂ ਦੇ ਵਿੱਚ ਆਫਿਸ ਖੁੱਲ੍ਹੇ ਹੋਏ ਨੇ, ਕੰਮ ਅਸੀਂ ਕਰਦੇ ਹਾਂ ਸਾਰੇ, ਉਹ ਸਰਕਾਰ ਦਾ ਹਿੱਸਾ ਹੈ ਜੀ ਇੱਕ, ਠੀਕ ਹੈ ਨਾ ਜੀ, ਅਤੇ ਲੋਕਾਂ ਦੇ ਦੁੱਖ ਸੁੱਖ ਸੁਣਨ ਵਾਸਤੇ ਹੀ ਹੈ ਜੀ, ਸਾਰੀ ਤਕਲੀਫ ਜਿਹੜੀ ਕੋਈ ਹੁੰਦੀ ਹੈ ਉਹ ਦੂਰ ਕਰੀ ਦੀ ਹੈ, ਔਰ ਗੱਲਬਾਤ ਸੁਣੀ ਦੀ ਹੈ, ਪਰ ਫਿਰ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਨਾਰਾਜ਼ਗੀ ਹੈ ਕਿਸੇ 'ਚ ਤਾਂ ਉਹ ਦੂਰ ਕੀਤੀ ਜਾਏਗੀ ਜੀ, ਕੰਮ ਕੀਤੇ ਜਾਣਗੇ ਸਾਰੇ। ਅਤੇ ਜੇ ਇਸ ਵੇਲੇ ਦੇਖਿਆ ਜਾਵੇ ਤਾਂ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਹੈ ਉਹ ਲਗਾਤਾਰ ਚੱਲ ਰਿਹਾ, ਜਦਕਿ ਭਾਜਪਾ ਦਾ ਵਿਰੋਧ ਵੀ ਹੈ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਵੀ ਹੈ, ਕਿਉਂਕਿ MSP ਨੂੰ ਲੈ ਕੇ ਉਹਨਾਂ 'ਚ ਨਾਰਾਜ਼ਗੀ ਕਾਫੀ ਹੈ। ਦੇਖੋ ਇੱਕ ਗੱਲ ਤਾਂ ਕਲੀਅਰ ਹੈ ਜੀ, MSP ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ, ਪੰਜਾਬ ਸਰਕਾਰ ਜਿਹੜੀ ਹੈ, ਜਦੋਂ ਤੁਸੀਂ ਸਰਕਾਰ ਬਣਨ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਹੀ ਸੀਗੀ ਵੀ MSP ਲਈ ਪੂਰੀ ਸਪੋਰਟ ਜਿਹੜੀ ਅਸੀਂ ਕਰਾਂਗੇ, ਉਹਦੇ ਲਈ ਵਚਨਬੱਧ ਹਾਂ, ਅਸੀਂ ਕਿਸਾਨਾਂ ਦੇ ਨਾਲ ਹਾਂ, ਮੈਂ ਮਜ਼ਦੂਰ ਦਾ ਪੁੱਤ ਹਾਂ ਔਰ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ ਜੀ, ਔਰ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ MSP ਮਿਨੀਮਮ ਸਪੋਰਟ ਪ੍ਰਾਈਜ਼ ਜਿਹੜਾ ਹੈਗਾ ਉਹਦੇ 'ਤੇ ਗੌਰ ਕਰਕੇ ਕਿਸਾਨਾਂ ਦੀ ਗੱਲ ਜਲਦੀ ਸੁਣਨੀ ਚਾਹੀਦੀ, ਕਿਉਂਕਿ ਇੱਕ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ, ਪੂਰੇ ਦੇਸ਼ ਦੇ ਕਿਸਾਨਾਂ ਦੀ ਗੱਲ ਹੈ, ਅਤੇ ਉਹ ਕੇਂਦਰ ਸਰਕਾਰ ਜਿਹੜੀ ਹੈ ਉਹਦਾ ਮਤਲਬ ਇਹ ਉਹਨਾਂ ਨੇ ਵਾਅਦਾ ਵੀ ਕੀਤਾ ਹੋਇਆ ਔਰ 3 ਕਾਲੇ ਕਾਨੂੰਨ ਵੀ ਕੈਂਸਲ ਕੀਤੇ ਸੀਗੇ, ਅਤੇ ਉਹਨਾਂ ਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ। ਬਤੌਰੇ ਪੰਜਾਬ ਸਰਕਾਰ ਜਿਹੜਾ ਅਸੀਂ ਆਪਣੀ ਐਫਰਟਸ ਕਰ ਸਕਦੇ ਹਾਂ, ਮੁੱਖ ਮੰਤਰੀ ਸਾਹਿਬ ਜਿਵੇਂ ਹਰੇਕ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਬਹਿ ਕੇ ਉਹਨਾਂ ਨੇ ਚਾਹ ਪੀਤੀ ਆ, ਲੰਮਾ ਸਮਾਂ ਮੀਟਿੰਗਾਂ ਵੀ ਕੀਤੀ,
ਕੀਤੀਆਂ ਨੇ, ਘੰਟਿਆਂ ਬੱਧੀ ਕੀਤੀਆਂ ਨੇ, ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਅੱਗੇ ਤੱਕ ਮਿਲਦਾ ਹੀ ਨਹੀਂ ਸੀਗਾ ਜੀ। ਸਰ ਇਸ ਤੋਂ ਪਹਿਲਾਂ ਇਹ ਵੀ ਸੀ ਨਾ ਜਦੋਂ ਕਿ ਸੀ ਭਗਵੰਤ ਮਾਨ ਸਾਹਿਬ ਸੀਐਮ ਨਹੀਂ ਸੀਗੇ ਤਾਂ ਉਸ ਵੇਲੇ ਦੇ ਵਿੱਚ ਕਹਿੰਦੇ ਸੀ ਕਿ MSP ਜੇ ਮੁੱਖ ਮੰਤਰੀ ਨਹੀਂ ਦੇ ਸਕਦਾ ਤਾਂ ਉਹ ਅਸਤੀਫਾ ਦੇਵੇ, ਤਾਂ ਫਿਰ ਹੁਣ MSP ਦੇਣ ਤੋਂ ਸਰਖਰੀ ਨਾ ਕਰ ਦਿੱਤੀ ਗਈ ਕਿ ਕੇਂਦਰ ਦਾ ਮਾਮਲਾ ਹੈ। ਦੇਖੋ ਇਹ ਤਾਂ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦਾ ਦਾਇਰਾ ਜੀ, ਮੁੱਖ ਮੰਤਰੀ ਸਾਹਿਬ ਨੇ ਇਹਦੇ ਬਾਰੇ ਸਪਸ਼ਟ ਗੱਲ ਕਰਨੀ ਹੈ। ਮੈਂ ਤਾਂ ਇਹ ਗੱਲ ਕਹਿਣਾ ਕਿ ਅਸੀਂ ਇਹ ਗੱਲ ਕਰਦੇ ਸੀ ਜਦੋਂ MLA ਨਹੀਂ ਸੀਗੇ ਕਿ MSP ਹੋਣੀ ਚਾਹੀਦੀ, ਤਾਂ ਬਿਲਕੁਲ ਅੱਜ ਵੀ ਮੈਂ ਕਹਿੰਦਾ MSP ਹੋਣੀ ਚਾਹੀਦੀ ਔਰ ਕੇਂਦਰ ਸਰਕਾਰ ਦਾ ਇਹ ਰਾਈਟ ਬਣਦਾ, ਪੰਜਾਬ ਸਰਕਾਰ ਜਿਹੜੇ ਆਪਣੇ ਵੱਲੋਂ ਐਫਰਟਸ ਕਰਨੇ ਚਾਹੀਦੇ ਆ, ਪੰਜਾਬ ਸਰਕਾਰ ਉਹ ਕਰ ਰਹੀ ਔਰ ਅੱਗੇ ਵੀ ਕਰਦੀ ਰਹੇਗੀ ਜੀ। ਅਤੇ ਇਸਦੇ ਨਾਲ ਨਾਲ ਜੇ ਤੁਸੀਂ ਮੈਡੀਕਲ ਦੀ ਗੱਲ ਕੀਤੀ ਹੈ ਕਿ ਫੈਸਿਲਿਟੀਆਂ ਦਿੱਤੀਆਂ ਜਾਂਦੇ, ਮੁਹੱਲਾ ਕਲੀਨਿਕਾਂ ਦਾ ਗੱਲ ਕੀਤੀ ਜਾ ਰਹੀ ਹੈ, ਤਾਂ ਇਸ ਤੋਂ ਪਹਿਲਾਂ ਰੰਡਿਆ 'ਚ ਇਹ ਵੀ ਕਿਹਾ ਸੀ ਕਿ 16 ਮੈਡੀਕਲ ਕਾਲਜ ਜਿਹੜੇ ਨੇ ਉਹ ਖੋਲ੍ਹਣ ਦੀ ਗੱਲ ਕੀਤੀ ਗਈ ਸੀ, ਕੀ ਕਹੋ? ਬਿਲਕੁਲ ਜੀ, ਕਈਆਂ ਦਾ ਕੰਮ ਔਨ ਦਾ ਫਲੋਰ ਹੈ ਜੀ, ਇੱਕ ਦੋ ਜਗ੍ਹਾ ਇਸ਼ੂਜ਼ ਆਏ ਸੀ ਉਹ ਸੋਲਵ ਕਰ ਲਏ ਗਏ ਆ ਤੁਸੀਂ। ਪਹਿਲੀ ਗੱਲ ਤਾਂ ਇਹ ਹੈ ਜੀ, ਇਹ ਸਰਕਾਰ 5 ਸਾਲ ਲਈ ਚੁਣੀ ਹੈ, ਪੰਜਾਬ ਸਰਕਾਰ ਹਜੇ 2 ਸਾਲ ਹੋਏ ਨੇ, 3 ਸਾਲ ਬਾਕੀ ਨੇ, 3 ਸਾਲਾਂ 'ਚ ਬਹੁਤ ਸਾਰੇ ਕੰਮ ਹੋਣਗੇ। ਰਜਿੰਦਰਾ ਹੋਸਪਿਟਲ ਪਟਿਆਲਾ ਦੀ ਕਾਇਆ ਕਲ ਪਲਟਦੀ ਹੈ ਜੀ, ਪੂਰੀ ਕਾਇਆ ਪਲਟ ਹੋ ਗਈ ਉਹਦੀ, ਤੁਸੀਂ ਦੇਖੋਗੇ ਨਾਭਾ ਦੇ ਵਿੱਚ ਜੱਚਾ ਬੱਚਾ ਸੈਂਟਰ ਬਣ ਕੇ ਤਿਆਰ ਆ, ਉੱਥੇ ਨਵੀਆਂ ਮਸ਼ੀਨਾਂ ਆ ਰਹੀਆਂ ਨੇ, ਇਹ ਬਹੁਤ ਵੱਡਾ ਪਰਿਵਰਤਨ ਹੈ ਜੀ। ਅੱਗੇ ਜਿਨ੍ਹਾਂ ਨੇ 70 ਸਾਲ ਰਾਜ ਕੀਤਾ ਉਹਨਾਂ ਨੇ ਕੁਛ ਕੀਤਾ ਹੀ ਕੱਖ ਨਹੀਂ ਜੀ, ਔਰ ਉਹ ਹੈਰਾਨੀ ਦੀ ਗੱਲ ਇਹ ਹੈ ਕਿ ਦੁਬਾਰਾ ਫਿਰ ਉਹੀ ਲੋਕ ਇਲੈਕਸ਼ਨ ਲੜ ਰਹੇ ਜੀ, ਔਰ ਫਿਰ ਪਤਾ ਨਹੀਂ ਕਿਵੇਂ ਉਹ, ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਦੋਂ ਲੋਕ ਗੁੱਸੇ 'ਚ ਬੋਲਦੇ ਆ ਵੀ ਚੁੱਪ ਰਹਿ ਕੇ ਵੀ ਆਪਾਂ ਥੋੜ੍ਹਾ ਸਮਾਂ ਪਾਸ ਕਰ ਲਈਏ ਵੀ ਸ਼ਾਇਦ ਉਹਦੇ ਨਾਲ ਆਪਣਾ ਕੰਮ ਬਣ ਜੂਗਾ ਜੀ। ਰਾਜਨੀਤੀ ਦੇ ਵਿੱਚ ਜਦੋਂ ਕੋਈ ਬੋਲਦਾ ਨਾ ਜੀ ਤਾਂ ਲੋਕ ਬੋਲਦੇ ਨੇ ਜਦੋਂ, ਤਾਂ ਉਹਨਾਂ ਦੀ ਗੱਲ ਬੜੀ ਗੰਭੀਰਤਾ ਨਾਲ ਸੁਣਨੀ ਚਾਹੀਦੀ ਹੈ ਅਤੇ ਗੌਰ ਕਰਨਾ ਚਾਹੀਦਾ ਜੀ। ਇਕੱਲਾ ਇਹਨਾਂ ਨੂੰ ਇੱਕ ਗੁਰ ਹੈ ਜੀ, ਜਿਵੇਂ ਮੈਂ ਪੁਰਾਣਾ ਬਾਲ ਸਾਹਿਬ ਦੇ ਜਿਹੜੇ ਲੋਕ ਨਾਲ ਰਹੇ ਆ, ਬਾਲ ਸਾਹਿਬ 'ਚ ਗੁਣ ਬੜਾ ਸੀ, ਚੁੱਪ ਰਹਿੰਦੇ ਸੀ ਜੀ, ਚੁੱਪ ਰਹਿ ਕੇ ਗੱਲ ਸੁਣਦੇ ਸੀ, ਚੁੱਪ ਰਹਿ ਕੇ ਗੱਲ ਸੁਣਨੀ ਥੋੜ੍ਹਾ ਜੀ, ਚੁੱਪ ਰਹਿਣ ਦਾ ਮਤਲਬ ਤਾਂ ਮਤਲਬ ਐਂ ਸਮਝ ਲਓ ਕੰਨਾਂ 'ਚ ਰੂੰ ਪਾਉਣ ਵਾਲਾ ਕੰਮ ਹੈ ਜੀ, ਮੈਂ ਕੋਈ ਗੱਲ ਕਰ ਰਿਹਾ ਤੁਸੀਂ ਹਾਂ ਹੂੰ ਹਾਂ ਕਰਕੇ ਕਰਤਾ ਜੀ। ਗੱਲ ਤਾਂ ਇਹ ਹੈ ਕਿ ਤੁਸੀਂ ਬਤੌਰ ਐਜ ਏ ਚੀਫ ਮਿਨਿਸਟਰ ਜਦੋਂ ਸੀਗੇ, ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਸੀਗੇ, ਸੈਂਟਰਲ ਮਿਨਿਸਟਰ ਸੀਗੇ, ਜਦੋਂ MLA ਸੀਗੇ, ਤੁਸੀਂ ਉਦੋਂ ਉਹ ਕੱਲ੍ਹ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ ਜੀ, ਅਤੇ ਉਹ ਉਦੋਂ ਤਾਂ ਗੰਭੀਰਤਾ ਦਿਖਾਈ ਨਹੀਂ ਜੀ, ਅਤੇ ਹੁਣ ਚੁੱਪ ਰਹਿ ਕੇ ਲੋਕਾਂ ਦੀਆਂ ਗੱਲਾਂ ਸੁਣੀ ਜਾਣੀਆਂ ਅਤੇ ਉੱਤੇ ਕੋਈ ਰਿਐਕਸ਼ਨ ਨਾ ਕਰਨਾ, ਇਹ ਬਹੁਤ ਵੱਡਾ, ਮੈਂ ਇਹਨੂੰ ਗੁਣ ਨਹੀਂ ਸਮਝਦਾ, ਮੈਂ ਇਹਨੂੰ ਅਵਗੁਣ ਸਮਝਦਾ ਜੀ। ਲੋਕਾਂ ਦੀ ਗੱਲ ਸੁਣੋ ਔਰ ਸੁਣ ਕੇ ਉੱਤੇ ਵਿਚਾਰ ਕਰਕੇ ਉਹਦਾ ਹੱਲ ਕੱਢੋ ਜੀ। ਜੀ ਤੁਸੀਂ ਗੱਲ ਗੁਣ ਦੀ ਕੀਤੀ ਕਿ ਚੁੱਪ ਰਹਿਣ ਦੀ ਗੱਲ ਕੀਤੀ ਆ, ਤਾਂ ਇਸ ਤੋਂ ਪਹਿਲਾਂ ਹੁਣ ਇਹ ਵੀ ਹੈ ਕਿ ਸੀਐਮ ਮਾਨ ਸਾਹਿਬ ਦੀ ਭਾਸ਼ਾ ਉੱਤੇ ਬਹੁਤ ਜ਼ਿਆਦਾਤਰ ਗੱਲਾਂ ਉੱਠੀਆਂ ਨੇ ਕਿ ਜਿਹੜੀ ਭਾਸ਼ਾ ਉਹ ਮਰਿਆਦਾ ਤੋਂ ਬਹੁਤ ਨੀਚੇ ਚਲੀ ਜਾਂਦੀ ਹੈ ਵਿਧਾਨ ਸਭਾ ਦੇ ਵਿੱਚ ਖਾਸ ਕਰਕੇ। ਚਲੋ ਜਦੋਂ ਸੈਸ਼ਨ ਹੋਇਆ ਸੀਗਾ ਜੀ, ਉਦੋਂ ਜਿਹੜੇ ਵਿਰੋਧੀ ਸੀ ਉਹ ਤੂੰ ਤੂੰ ਕਰਕੇ ਬੋਲਦੇ ਸੀ, ਜਿਹੜੇ ਇੱਕ ਹਾਊਸ ਦੇ ਹੈੱਡ ਨੇ ਜੀ, ਚੁਣੇ ਹੋਏ ਨੁਮਾਇੰਦੇ ਨੇ, ਸਟੇਟ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਤੂੰ ਕਹਿ ਕੇ ਤਾਂ ਕੋਈ ਮਤਲਬ ਬਣਦਾ ਨਹੀਂ ਜੀ, ਠੀਕ ਹੈ ਨਾ ਜੀ। ਪਹਿਲੀ ਗੱਲ ਤਾਂ ਇਹ ਹੈ, ਅਹੁਦੇ ਨੂੰ ਜਿਹੜੀ ਪੁਜੀਸ਼ਨ ਹੈ ਜੀ ਚੀਫ ਮਿਨਿਸਟਰ ਦੀ, ਤੁਸੀਂ ਉਹਦੇ ਲਈ ਸਮਰਪਿਤ ਹੋ, ਉਹਦੇ ਲਈ ਤੁਹਾਡਾ ਜੋ ਪ੍ਰੋਟੋਕੋਲ ਬਣਦਾ ਉਹਦੇ ਮੁਤਾਬਕ ਤੁਸੀਂ ਰਿਸਪੈਕਟ ਕਰੋ। ਇਹਦਾ ਮਤਲਬ ਇਹ ਥੋੜ੍ਹਾ ਕਿ ਤੁਸੀਂ ਤੂੰ ਕਹਿ ਕੇ ਬੁਲਾਓ ਜੀ, ਉਸ ਤੋਂ ਬਾਅਦ ਫਿਰ ਨੈਚੁਰਲੀ ਬਾਕੀ ਉਹਨਾਂ ਦਾ ਗੁੱਸਾ ਆਉਣਾ ਹੀ ਹੋਣਾ, ਸਾਨੂੰ ਵੀ ਗੁੱਸਾ ਆਇਆ ਜੀ ਇਸ ਗੱਲ ਦਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਇਸ ਗੱਲ ਤੋਂ ਵੀ ਅੱਗੇ ਆਏ ਨੇ ਥੋੜ੍ਹੇ ਜਿਹਾ, ਅਤੇ ਹੁਣੇ ਇੱਕ ਜਿਹੜਾ ਰੈਲੀ ਹੋਈ ਉਸ 'ਚ ਇੱਕ ਬਿਆਨ ਆਇਆ ਜਿਸਦੇ ਵਿੱਚ ਕਹਿ ਤਾ ਕਿ ਮੈਂ ਸੀਐਮ ਸਾਹਿਬ ਦੇ ਵਿੱਚ ਸਾਫ਼ ਤੌਰ 'ਤੇ ਸਾਫ਼ ਕਰਾਇਆ, ਸੋਫੇ ਬਦਲਾਏ ਨੇ, ਉੱਥੇ ਪਤਾ ਨਹੀਂ ਕਿਹੜੇ ਕਿਹੜੇ ਪਾਪ ਹੁੰਦੇ ਨੇ, ਇਹਦੇ ਤੋਂ ਕੀ ਭਾਵ ਲੈਣੇ? ਦੇਖੋ ਤਸੀਮ ਸਾਹਿਬ ਨੇ ਉਹਨਾਂ ਦਾ ਆਪਣਾ ਇੱਕ ਬੋਲਣ ਦਾ ਅੰਦਾਜ਼ ਹੈ ਜੀ, ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਜਦੋਂ ਆਪਾਂ ਕਿਤੇ ਵੀ ਜਾਂਦੇ ਹਾਂ ਨਵੇਂ ਆਫਿਸ ਦੇ ਵਿੱਚ, ਜਦੋਂ ਮੈਂ ਅਰੂਸਾ ਦਾ ਨਾਮ ਵਿੱਚ ਆਇਆ ਨਾ, ਅਰੂਸਾ ਦਾ ਨਾਮ ਵਿੱਚ, ਉਹ ਤਾਂ ਸਾਰਾ ਪੰਜਾਬ ਜਾਣਦਾ ਜੀ। ਨਹੀਂ ਉਹ ਗੱਲ ਕਿਹੜੀ ਆ, ਪਰ ਮੈਂ ਪਹਿਲੇ ਵੀ ਕਿਹਾ ਸ੍ਰਿਸ਼ਟਾਚਾਰ ਦੀ, ਹੁਣ ਕਿੱਥੇ ਅਰੂਸਾ ਜੀ, ਹੁਣ ਕਿੱਥੇ ਹੈ ਜੀ? ਜਦੋਂ ਅਰੂਸਾ ਪੰਜਾਬ ਦੇ ਲੋਕ ਤੜਫਦੇ ਸੀ, ਜਦੋਂ ਕਿਸਾਨ ਧਰਨੇ, ਉਦੋਂ ਉਹ ਅਰੂਸਾ ਉੱਥੇ ਰਹਿੰਦੀ, ਹੁਣ ਕਿੱਥੇ ਅਰੂਸਾ ਜੀ? ਵੈਸੇ ਬਾਤ ਤੁਹਾਨੂੰ ਗੱਲ ਅਰੂਸਾ ਦੀ ਨਹੀਂ ਕਿਹਾ ਤੁਸੀਂ, ਇਹ ਮਾਨ ਸਾਹਿਬ ਦਾ ਬਿਆਨ ਇਹ ਹੈ ਕਿ ਉੱਥੇ ਸਾਨੂੰ ਸਫਾਈ ਕਰਾਉਣੀ ਪਈ, ਸਾਨੂੰ ਸੋਫੇ ਬਦਲਾਉਣੇ ਪਏ, ਕਦੇ ਅਰੂਸਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜੀ? ਕਿੱਥੇ ਹੁਣ
ਠੀਕ ਹੈ ਜੀ, ਅਰੂਸਾ ਨਹੀਂ ਤੁਸੀਂ ਗੱਲ ਅਰੂਸਾ ਦੀ ਗੱਲ ਅਰੂਸਾ ਦੇ ਉੱਤੇ ਲੈ ਕੇ ਉਹਨਾਂ ਨੇ ਕਮੈਂਟ ਕਰਿਆ, ਮੈਂ ਇਸੇ ਮੈਂ ਭਾਸ਼ਾ ਦੇ ਉੱਤੇ ਗੱਲ ਕੀਤੀ। ਪਤਾ ਕੀ ਹੈ ਭਾਈ ਸਾਹਿਬ, ਜਦੋਂ ਅਰੂਸਾ ਆ ਗਈ ਤਾਂ ਫਿਰ ਉਹ ਸਾਰੀ ਗੱਲ ਸ਼ਬਦਾਂ ਦੀ ਮਰਿਆਦਾ ਦੀ ਗੱਲ ਨਹੀਂ, ਉਹ ਵਿੱਚ ਗੱਲ ਆ ਹੀ ਗਈ ਜਦੋਂ ਅਰੂਸਾ, ਜਦੋਂ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਉਦੋਂ ਅਰੂਸਾ ਆ ਗਈ, ਜਦੋਂ ਹਰਾ ਤਾ ਉਦੋਂ ਅਰੂਸਾ ਗਾਇਬ ਹੋ ਗਈ। ਇਹ ਤਾਂ ਮਤਲਬ ਫਿਰ ਪੰਜਾਬ ਦੇ ਲੋਕ ਸਿਆਣੇ ਨੇ, ਪਤਾ ਉਹਨਾਂ ਨੂੰ ਸਾਰਾ ਕੁਛ। ਧੰਨਵਾਦ। ਇਹ ਸਨ ਸਰਦਾਰ ਗੁਰਦੇਵ ਸਿੰਘ ਮਾਨ, ਨਾਭਾ ਤੋਂ ਹਲਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵੱਲੋਂ, ਅਤੇ ਉਹਨਾਂ ਨੇ ਜਾਣਿਆ ਕਿ ਸੀਐਮ ਮਾਨ ਸਾਹਿਬ ਦੇ ਨਾਲ ਜਿਹੜੀ ਉਹ ਬਿਆਨਬਾਜ਼ੀ ਕਰਦੇ ਨੇ ਉਹਨਾਂ ਉੱਤੇ ਸ਼ਿਸ਼ਟਾਚਾਰ ਦੀ ਭਾਸ਼ਾ ਅਤੇ ਸ਼ਬਦਾਂ ਦੀ ਮਰਿਆਦਾ ਕਿੰਨੀ ਕੁ ਰੱਖਣੀ ਜ਼ਰੂਰੀ ਹੈ। ਕੈਮਰਾਮੈਨ ਗੌਰਵ ਦਾਸ ਦੇ ਨਾਲ ਕਮਲਪਾਲ ਸਿੰਘ, ਸਾਂਝੀ ਸੋਚ ਟੀਵੀ।